ਸਤਿਕਾਰ ਜੀ ਸਾਰਿਆਂ ਨੂੰ ਵੈਲਕਮ ਵਾਂਸ ਅਗੇਨ ਟੂ ਭਾਰਤੀ ਕਲੀਨਿਕ ਸਾਡੇ ਕੋਲੇ ਅੱਜ ਪੇਸ਼ੈਂਟ ਨੇ ਸੋਨ ਸਿੰਘ ਜੀ ਸੋਨ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਸੰਤੇ ਮਾਜਰੇ ਪਿੰਡ ਸੰਤੇ ਮਾਜਰੇ ਦੇ ਰਹਿਣ ਵਾਲੇ ਨੇ ਸੋਨ ਸਿੰਘ ਜੀ ਤੁਹਾਨੂੰ ਕੀ ਪ੍ਰੋਬਲਮ ਰਹਿੰਦੀ ਸੀ ਕੀ ਤਕਲੀਫ ਰਹਿੰਦੀ ਸੀ ਦੇ ਵਿੱਚ ਕਬਜ਼ ਸੀ ਤੇ ਨੀਂਦ ਦਾ ਬਹੁਤ ਘੱਟ ਆਉਣਾ ਨੀਂਦ ਨਹੀਂ ਸੀ ਆਂਦੀ ਔਰ ਨੀਂਦ ਇਹਨਾਂ ਦੀ ਇੰਪਰੋਪਰ ਸੀਗੀ ਔਰ ਪੇਟ ਦੀ ਪ੍ਰੋਬਲਮ ਸੀਗੀ ਪੇਟ ਦੀ ਸਮੱਸਿਆ ਸੀ ਕਬਜ਼ ਸੀ ਇਹਨਾਂ ਨੂੰ ਕਾਫੀ ਚਿਰਾਂ ਤੋਂ ਤੇ ਸੋਨ ਸਿੰਘ ਜੀ ਅਸੀਂ ਤੁਹਾਡਾ ਇੱਥੇ ਇਲਾਜ ਸ਼ੁਰੂ ਕੀਤਾ ਔਰ ਉਸ ਇਲਾਜ ਦੌਰਾਨ ਅਸੀਂ ਤੁਹਾਨੂੰ ਇੱਕ ਚੀਜ਼ ਪਾਣ ਲਈ ਦਿੱਤੀ ਸੀ ਜਿਸ ਨੂੰ ਅਸੀਂ ਕਹਿੰਦੇ ਹਾਂ ਤੁਮਨੀ ਦੇ ਵਿੱਚ ਨੇਵਲ ਆਇਲ ਯੂਜ਼ ਕਰਨ ਲਈ ਦਿੱਤਾ ਇਹਨਾਂ ਨੂੰ ਔਰ ਇਹ ਯੂਜ਼ ਕਰਨ ਤੋਂ ਕਿੰਨੇ ਦਿਨਾਂ ਦੇ ਵਿੱਚ ਤੁਹਾਨੂੰ ਫਰਕ ਲੱਗਾ ਦੋ ਦਿਨ ਦੇ ਵਿੱਚ ਤੁਹਾਨੂੰ ਫਰਕ ਲੱਗਾ ਔਰ ਨੀਂਦ ਹੁਣ ਤੁਹਾਡੀ ਕਿਵੇਂ ਹੈ ਠੀਕ ਹੈ ਪ੍ਰੋਪਰ ਹੋਣ ਲੱਗੀ ਔਰ ਪੇਟ ਸਾਫ ਹੋ ਰਿਹਾ ਹੁਣ ਵਧੀਆ ਔਰ ਅਸੀਂ ਇਹ ਸਾਡਾ ਆਉਣ ਵਾਲਾ ਅਪਕਮਿੰਗ ਪ੍ਰੋਡਕਟ ਹੈ ਭਾਰਤੀ ਵਰਦਾ ਦਾ ਨੇਵਲ ਆਇਲ ਸਾਰਿਆਂ ਨੂੰ ਐਡਵਾਈਸ ਕਰਦੇ ਹਾਂ ਇਸ ਨੂੰ ਇੱਕ ਵਾਰੀ ਤੁਸੀਂ ਟ੍ਰਾਈ ਜ਼ਰੂਰ ਕਰੋ ਥੈਂਕ ਯੂ ਸੋ ਮਚ